ਗੁਰਮੁਖ ਪਿਆਰਿਓ, ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਅਤੇ ਕਮੈਂਟ ਵੀ ਕਰਿਓ। ਸੰਗਤ ਜੀ, ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ। ਸਤਿਗੁਰੂ ਕਿਰਪਾ ਕਰਨ, ਮਿਹਰਾਂ ਕਰਨ। ਪਿਆਰਿਓ, ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਲਗਭਗ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇੱਕ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜੋਸ਼ ਬਟਲਰ ਦੀ। ਉਹਨੇ ਮੁਸਲਿਮ ਪਲੇਅਰਾਂ ਦੀ ਕਿਸ ਤਰ੍ਹਾਂ ਜਿਹੜੀ ਹੈ ਆਮਦ ਕੀਤੀ ਹੈ, ਉਹਨਾਂ ਦੀ ਰਿਸਪੈਕਟ ਕੀਤੀ ਹੈ, ਇੱਜ਼ਤ ਦਿੱਤੀ ਹੈ, ਮਾਣ ਦਿੱਤਾ ਹੈ, ਸੋ ਉਸਨੂੰ ਵਾਹ ਵਾਹ ਕਰਕੇ ਪ੍ਰਚਾਰਿਆ ਜਾ ਰਿਹਾ ਹੈ। ਪਰ ਸਾਡੇ ਕੁਝ ਲਾਣੇ ਦੇ ਵੱਲੋਂ ਉਸ ਚੀਜ਼ ਨੂੰ ਜਿਹੜੀ ਹੈ ਰਿਸਪੈਕਟ ਨਹੀਂ ਦਿੱਤੀ ਜਾ ਰਹੀ। ਸੋ ਮੈਂ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਉਸ ਬਾਬਤ। ਸਾਰੇ ਜਾਣੇ ਫਤਿਹ ਬੁਲਾਓ, ਆਰੰਭਤਾ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਆਪਾਂ ਅੱਜ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਲਗਭਗ ਕਿ ਵਰਲਡ ਕੱਪ ਜਿਹੜਾ ਹੋਇਆ ਇੰਗਲੈਂਡ ਦੇ ਵਿੱਚ, ਉੱਥੇ ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਚੱਲੀਆਂ ਨੇ, ਕਿਸ ਤਰ੍ਹਾਂ ਸਾਰਾ ਕੁਝ ਹੋਇਆ। ਗੁਰਮੁਖੋ, ਕਿਸ ਤਰ੍ਹਾਂ ਉਹ ਸਾਰੀਆਂ ਚੀਜ਼ਾਂ ਉੱਥੇ ਚੱਲ ਰਹੀਆਂ ਨੇ, ਅਤੇ ਇੱਕ ਮੈਚ ਹੋਇਆ, ਮੈਚ ਦੇ ਦੌਰਾਨ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਥੇ ਬਣ ਪਾਈਆਂ ਨੇ। ਗੁਰਮੁਖੋ, ਉਹ ਸਾਰੀਆਂ ਚੀਜ਼ਾਂ ਉੱਥੇ ਬਣ ਪਾਈਆਂ ਨੇ ਮੈਚ ਦੇ ਦੌਰਾਨ। ਸੋ ਮੈਂ ਬੇਨਤੀ ਸਾਂਝੀ ਕਰਨ ਲੱਗਿਆਂ, ਇੱਕ ਪਲੇਅਰ ਹੈ, ਉਹ ਪਲੇਅਰ ਨੇ ਕੀ ਕੀਤਾ ਜਦੋਂ ਵਰਲਡ ਕੱਪ ਜਿੱਤ ਗਏ। ਦੇਖੋ, ਇਨਸਾਨੀਅਤ ਵੇਖੋ, ਕਿਸੇ ਧਰਮ ਦਾ ਸਤਿਕਾਰ ਕਰਨਾ ਹੈ ਤਾਂ ਸਿੱਖੋ, ਅਤੇ ਆਪਣੀ ਯਾਰੀ ਦੋਸਤੀ ਅਲੱਗ, ਪਰ ਧਰਮਾਂ ਦੇ ਮੁਆਇਨੇ ਅਲੱਗ, ਧਰਮ ਦਾ ਸਤਿਕਾਰ ਕਰੋ। ਹਰ ਇੱਕ ਧਰਮ ਦਾ ਆਪਣੀ ਯਾਰੀ ਦੋਸਤੀ ਨੂੰ ਸਾਈਡ 'ਤੇ ਰੱਖ ਕੇ ਕਰੋ। ਜੇ ਕਿਸੇ ਹਿੰਦੂ ਵੀਰ ਨਾਲ ਪਿਆਰ ਹੈ, ਕਿਸੇ ਭੈਣ ਨਾਲ ਸਾਡਾ ਪਿਆਰ ਹੈ, ਤਾਂ ਯਾਦ ਰੱਖੋ ਉਹਦੇ ਧਰਮ ਵਿੱਚ ਉਹਨੂੰ ਪਰਪੱਕਤਾ ਜ਼ਰੂਰ ਦਿਓ। ਇਹ ਨਾ ਹੋਵੇ ਕਿ ਉਹ ਸਾਡੇ ਨਾਲ ਆ ਕੇ ਅਸੀਂ ਉਹਨੂੰ ਫੋਰਸ ਕਰੀਏ ਕਿ ਸਾਡੇ ਨਾਲ ਅਲੱਗ। ਨਾ ਨਾ ਨਾ, ਉਹਨੂੰ ਕੋਸ਼ਿਸ਼ ਕਰਿਓ ਕਿ ਜਿੱਥੇ ਉਹ ਜਿਵੇਂ ਹੈ ਉਹਨੂੰ ਉਸੇ ਤਰ੍ਹਾਂ ਰਹਿਣ ਦਿਓ। ਗੁਰਮੁਖੋ, ਸੋ ਉਸ ਪਲੇਅਰ ਨੇ ਕੀ ਕੀਤਾ, ਆਪਣੇ ਜਿਹੜਾ ਮੁਸਲਮਾਨ ਜਿਹੜਾ ਪਲੇਅਰ ਸੀ ਨਾ ਉਹਦੇ ਨਾਲ, ਮੁਸਲਿਮ ਭਾਈਚਾਰੇ ਦੇ ਵਿੱਚੋਂ, ਉਸਨੇ ਉਹਨੂੰ ਇਸ਼ਾਰਾ ਕਰਤਾ, ਕਹਿੰਦਾ ਵੀ ਤੂੰ ਉੱਠ ਜਾ ਇੱਥੋਂ, ਕਿਉਂਕਿ ਉਹ ਵਰਲਡ ਕੱਪ ਜਿੱਤੇ ਨੇ। ਸ਼ਰ੍ਹਾਂ ਦੇ ਮੁਤਾਬਕ ਜੇਕਰ ਉਹ ਕੋਈ ਨਸ਼ਾ ਪੱਤਾ ਕਰਦੇ ਨੇ ਤਾਂ ਉਹ ਨਰਕਾਂ ਦੇ ਆਦੀ ਨੇ, ਜੇ ਆਪਾਂ ਕਹਿ ਲਈਏ ਵੀ ਉਹ ਇੱਕ ਜਹਨਮ ਦੇ ਵਿੱਚ ਜਾਂਦੇ ਨੇ, ਤਾਂ ਉਹਨਾਂ ਲਈ ਨਸ਼ਾ ਪੀਣਾ ਵੀ ਓਨਾ ਹੀ ਹਰਾਮ ਹੈ, ਅਤੇ ਯਾਦ ਰੱਖਿਓ ਕਰਨਾ ਵੀ ਓਨਾ ਹੀ ਹਰਾਮ ਹੈ, ਅਤੇ ਸਰੀਰ ਤੋਂ ਡੁੱਲਣਾ ਵੀ ਓਨਾ ਹੀ ਹਰਾਮ ਹੈ ਜਿਸ ਚੀਜ਼ ਤੋਂ ਉਹ ਨਫ਼ਰਤ ਕਰਦੇ ਨੇ। ਅਤੇ ਜੋਸ ਬਟਲਰ ਨੇ ਕੀ ਕੀਤਾ, ਉਹਨੂੰ ਇਸ਼ਾਰਾ ਕਰਤਾ ਵੀ ਤੂੰ ਇੱਥੋਂ ਉੱਠ ਜਾ ਹੁਣ, ਕਿਉਂਕਿ ਉਹ ਜਦੋਂ ਸ਼ੈਨਪਨਾ ਖੋਲ੍ਹਣਗੇ, ਸ਼ਰਾਬਾਂ ਖੋਲ੍ਹਣਗੇ, ਉਹ ਤੁਹਾਨੂੰ ਪਤਾ ਨਾ ਵੀ ਉੱਤੇ ਨੂੰ ਫੁਹਾਰੇ ਜੇ ਮਾਰਦੇ ਆ ਉਹ ਵਗੈਰਾ ਵਗੈਰਾ ਜਾਂ ਕੁਝ ਕਰਦੇ ਨੇ। ਸੋ ਤਾਂ ਕਰਕੇ ਉਹਨੇ ਸਤਿਕਾਰ ਕੀਤਾ ਮੁਸਲਿਮ ਭਾਈਚਾਰੇ ਦਾ, ਆਪਣੇ ਦੋਸਤ ਦੀ, ਆਪਣੇ ਪਲੇਅਰ ਦਾ ਸਤਿਕਾਰ ਕੀਤਾ, ਵੀ ਇਹਦਾ ਜਿਹੜਾ ਧਰਮ ਹੈ ਉਹ ਇਹ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਉਹਨੇ ਉਹਨੂੰ ਪਹਿਲੇ ਹੀ ਪਰੇ ਕਰਤਾ, ਉਹਦਾ ਸਤਿਕਾਰ ਹੈ। ਉਸ ਵੀਡੀਓ ਨੇ ਦਿਲ ਜਿੱਤ ਲਿਆ, ਪਾਕਿਸਤਾਨ ਦੇ ਵਿੱਚ ਵਾਹ ਵਾਹ ਹੋਈ ਉਸ ਪਲੇਅਰ ਦੀ, ਅਤੇ ਕਾਫੀ ਜ਼ਿਆਦਾ ਉਹਨੂੰ ਪਿਆਰ ਵੀ ਦਿੱਤਾ, ਅਤੇ ਲੋਕਾਂ ਨੇ ਉਹਨੂੰ ਵੈਲਕਮ ਵੀ ਕੀਤਾ ਕਿ ਇੰਡੀਆ ਵੀ ਆਇਓ, ਜਦੋਂ ਪਾਕਿਸਤਾਨ ਆਓਗੇ ਪਾਕਿਸਤਾਨ ਵੀ ਆਇਓ ਤਾਂ ਤੁਹਾਨੂੰ
ਬੜਾ ਮਾਣ ਅਤੇ ਬੜਾ ਸਤਿਕਾਰ ਦਿੱਤਾ ਜਾਏਗਾ। ਚਲੋ ਬਹੁਤ ਵਧੀਆ ਗੱਲ ਹੈ, ਕਿਸੇ ਦੇ ਧਰਮ ਦਾ ਸਤਿਕਾਰ ਕਰਨਾ ਬਹੁਤ ਚੰਗੀ ਗੱਲ ਹੈ, ਪਰ ਕਿਸੇ ਦੇ ਧਰਮ ਦਾ ਨਿਰਾਦਰ ਕਰਨਾ ਉਦੋਂ ਮਾੜੀ ਗੱਲ ਕੋਈ ਹੋਰ ਨਹੀਂ, ਇਹ ਯਾਦ ਰੱਖਿਓ। ਸਾਡੇ ਕਰਦੇ ਨੇ ਨਾ, ਮੈਨੂੰ ਤਾਂ ਪਤਾ ਗੁਰਮੁਖੋ। ਸੋ ਕੁਝ ਲੋਕ ਜਿਹੜੇ ਨੇ ਨਾ, ਜਿਸ ਤਰ੍ਹਾਂ ਖਾਲਿਸਤਾਨੀ ਜੇ ਆਪਾਂ ਕਹਿ ਲਈਏ ਮੇਰੇ ਵੀਰ, ਉਹਨਾਂ ਨੇ ਤਾਂ ਕੁਝ ਨਹੀਂ ਆਖਿਆ। ਮੈਂ ਜਿਹੜੀ ਗੱਲ ਸਿਧਾਂਤ ਦੀ ਹੈ ਉਹ ਕਰਨ ਜਾ ਰਿਹਾ। ਜਿਹੜੇ ਸ਼ਿਵ ਸੈਨਾ ਵਾਲੇ ਨੇ ਜਾਂ ਕੋਈ ਟੁੱਕੜ ਬੋਚ ਜਾਂ ਹੋਰ ਜਿਹੜੇ ਧਰਮਾਂ ਦੇ ਨਾਂ 'ਤੇ ਅੱਗ ਲਾਉਂਦੇ ਫਿਰਦੇ ਨੇ, ਉਹ ਬੰਦਿਆਂ ਨੇ ਕੀ ਕੀਤਾ, ਉਸ ਵੀਡੀਓ ਨੂੰ ਪ੍ਰਵਾਨ ਨਹੀਂ ਕੀਤਾ। ਕਹਿੰਦੇ ਜੀ ਇਹ ਤਾਂ ਪਖੰਡ ਹੈ ਜੀ, ਇਹ ਤਾਂ ਆਏ ਆ ਜੀ, ਇਹ ਤਾਂ ਫਲਾਣਾ ਜੀ। ਉਹਨੂੰ ਬਹੁਤ ਤਰ੍ਹਾਂ ਦੇ ਕਮੈਂਟ ਕੀਤੇ, ਮੈਂ ਕਮੈਂਟ ਪੜ੍ਹ ਕੇ ਹੈਰਾਨ ਹੋ ਗਿਆ ਕਿ ਲੋਕ ਸਾਡੇ ਕਰ ਕੀ ਰਹੇ ਨੇ, ਇਹ ਪਖੰਡ ਹੈ ਜੀ, ਐਂ ਥੋੜ੍ਹੀ ਹੁੰਦਾ ਹੈ ਜੀ, ਪਾਕਿਸਤਾਨ ਦੇ ਪਲੇਅਰ ਨੇ ਜੀ, ਇਹ ਪਾਕਿਸਤਾਨੀਆਂ ਨੂੰ ਤਾਂ ਖੇਡਣਾ ਨਹੀਂ ਚਾਹੀਦਾ ਜੀ, ਇਹ ਪਾਕਿਸਤਾਨੀ ਇੱਥੇ ਕਿਉਂ ਆਏ ਜੀ। ਇੱਥੇ ਗੱਲ ਧਰਮਾਂ ਦੀ ਨਹੀਂ, ਗੱਲ ਹੈ ਇੱਥੇ ਨਫ਼ਰਤ ਦੀ, ਕਿ ਸਾਡੇ ਲੋਕ ਕਿੱਡੀ ਵੱਡੀ ਨਫ਼ਰਤ ਦਿਲਾਂ ਦੇ ਵਿੱਚ ਲੈ ਕੇ ਬੈਠੇ ਹੋਏ ਨੇ, ਸਾਡੇ ਲੋਕ ਕਿੰਨੀ ਵੱਡੀ ਜਿਹੜੀ ਹੈ ਈਰਖਾ ਲੈ ਕੇ ਬੈਠੇ ਹੋਏ ਨੇ ਅੰਦਰ। ਅਜਿਹੇ ਬੰਦਿਆਂ ਨੂੰ ਮੈਂ ਕਹਿੰਦਾ ਇਨਸਾਨ ਕਹਿਣਾ ਇਨਸਾਨੀਅਤ ਦੀ ਤੌਹੀਨ ਹੋਏਗੀ, ਇਹੋ ਜਿਹੇ ਬੰਦਿਆਂ ਨੂੰ ਇਨਸਾਨੀਅਤ ਦੀ ਲਿਸਟ ਦੇ ਵਿੱਚ ਗਿਣਨਾ ਇਨਸਾਨੀਅਤ ਦੀ ਤੌਹੀਨ ਹੋਏਗੀ। ਪਿਆਰਿਓ ਅਜਿਹਾ ਨਾ ਕਰਿਆ ਕਰੋ, ਸਾਨੂੰ ਸਮਝ ਹੋਵੇ, ਸਾਨੂੰ ਪਿਆਰ ਹੋਵੇ ਹਰ ਇੱਕ ਦੇ ਨਾਲ, ਬਣਾਈ ਹੋਈ ਕੁਦਰਤ ਜੋ ਪਰਮਾਤਮਾ ਦੀ ਹੈ ਉਹਦੇ ਨਾਲ ਪਿਆਰ ਹੋਵੇ, ਬਣਾਈ ਹੋਈ ਜੋ ਸੱਚੇ ਸਤਿਗੁਰੂ ਦੀ ਇਨਸਾਨੀਅਤ ਹੈ ਉਹਦੇ ਨਾਲ ਪਿਆਰ ਹੋਵੇ, ਕੁਦਰਤ ਦੇ ਨਿਯਮਾਂ ਦੇ ਨਾਲ ਪਿਆਰ ਹੋਵੇ। ਗੁਰਮੁਖੋ ਅਜਿਹਾ ਨਾ ਹੋਵੇ, ਅਸੀਂ ਹਰ ਇੱਕ ਦੇ ਨਾਲ ਨਫ਼ਰਤ ਕਰੀ ਜਾਈਏ, ਸਾਡੀ ਨਫ਼ਰਤ ਜਿਹੜੀ ਹੈ ਉਹ ਹੋਵੇ ਤਾਂ ਕਿਸੇ ਗੱਲ 'ਤੇ ਹੋਵੇ, ਬਿਨਾਂ ਗੱਲਾਂ ਤੋਂ ਨਫ਼ਰਤਾਂ ਫੈਲਾ ਕੇ ਅਸੀਂ ਕੀ ਖੱਟਣਾ ਚਾਹੁੰਦੇ ਹਾਂ, ਜਾਂ ਕਿਹੜੇ ਤੋਂ ਅਸੀਂ ਸ਼ਾਬਾਸ਼ੀ ਲੈਣੀ ਚਾਹੁੰਦੇ ਹਾਂ, ਦੱਸੋ ਖਾ ਮੈਨੂੰ। ਸਾਡਾ ਕੋਈ ਪਰਲੇ ਪਾਰ ਵਾਲੇ ਵੀਰਾਂ ਦੇ ਨਾਲ ਰੌਲਾ ਨਹੀਂ ਹੈ, ਸਾਡਾ ਉਹਨਾਂ ਦੇ ਨਾਲ ਕੋਈ ਜਾਇਦਾਦਾਂ ਦਾ ਜਾਂ ਕੋਈ ਵੱਟਾਂ ਦਾ ਰੌਲਾ ਨਹੀਂ ਹੈ। ਗੁਰਮੁਖੋ ਸਾਡਾ ਰੌਲਾ ਕੀ ਹੈ, ਜੋ ਸਰਕਾਰਾਂ ਨੇ ਸਾਡੇ ਗੱਲ ਦੇ ਉੱਪਰ ਬਿਨਾਂ ਗੱਲੋਂ ਥੋਪਿਆ ਹੋਇਆ ਰੌਲਾ, ਇਹ ਗੱਲ ਯਾਦ ਰੱਖਿਓ। ਸਾਡਾ ਕੋਈ ਰੌਲਾ ਨਹੀਂ, ਇਹ ਸਰਕਾਰਾਂ ਨੇ ਸਾਡੇ ਵਿੱਚ ਵੰਡ ਪਾਏ ਹੋਏ ਨੇ। ਵਾਹਗਾ ਬਾਰਡਰ ਕਿਉਂ ਬਣਾਇਆ, ਸਾਡੇ ਦਿਲਾਂ 'ਤੇ ਉਹ ਖਿੱਚੀ ਹੋਈ ਉੱਕਰੀ ਹੋਈ ਇੱਕ ਨਫ਼ਰਤ ਦੀ ਲਕੀਰ ਹੈ ਗੁਰਮੁਖੋ। ਵਾਹਗਾ ਬਾਰਡਰ ਇਸ ਕਰਕੇ ਬਣਾਇਆ ਗਿਆ ਕਿਉਂਕਿ ਦੇਸ਼ ਦੋ ਅਲੱਗ ਅਲੱਗ ਬਣ ਜਾਣਗੇ ਅਤੇ ਇਹ ਲੋਕ ਜਿਹੜੇ ਨੇ ਆਪਸ ਦੇ ਵਿੱਚ ਪਾਟੇ ਰਹਿਣਗੇ ਅਤੇ ਇਹ ਲੋਕ ਨਫ਼ਰਤ ਦੇ ਵਿੱਚ ਘੁਰਦੇ ਰਹਿਣਗੇ, ਉਹ ਫਲਾਣਾ ਉਹ ਸਾਡਾ ਨਹੀਂ, ਇਹ ਸਾਡਾ, ਉਹ ਸਾਡਾ ਨਹੀਂ, ਇਹ ਸਾਡਾ। ਅਤੇ ਸਭ ਤੋਂ ਵੱਡੀ ਗੱਲ ਸੀ ਸਿੱਖੀ ਨੂੰ ਵੰਡਣਾ ਕਿ ਬਾਬੇ ਨਾਨਕ ਦੇ ਜਿਹੜੇ ਅਸਥਾਨ ਨੇ ਉਹ ਪਾਕਿਸਤਾਨ ਦੇ ਵਿੱਚ ਰਹਿ ਜਾਣਗੇ, ਇਸ ਕਰਕੇ ਇਹਨਾਂ ਲੋਕਾਂ ਨੇ ਵਾਹਗਾ ਬਾਰਡਰ ਬਣਾਇਆ। ਅਤੇ ਗੁਰਮੁਖੋ ਸਾਡੇ ਲੋਕ ਅੱਜ ਆਪਸ ਦੇ ਵਿੱਚ ਲੜਦੇ ਪਏ ਨੇ, ਜਿਹੜੀਆਂ ਸਰਕਾਰਾਂ ਨੇ ਇਹ ਕਾਂਡ ਕੀਤੇ ਨੇ ਉਹਨਾਂ ਸਰਕਾਰਾਂ ਨੂੰ ਇੱਕ ਵੀ ਬੰਦਾ ਉੱਠ ਕੇ ਸਵਾਲ ਨਹੀਂ ਕਰ ਰਿਹਾ। ਅੱਜ ਭਾਵੇਂ ਮੇਰੇ ਵੀਰ ਭੈਣ ਕੁਝ ਕਹਿ ਰਹੇ ਨੇ ਕਿ ਜੀ ਵਾਹਗਾ ਬਾਰਡਰ ਖੋਲ੍ਹੋ ਅਸੀਂ ਖੁਦ ਵਪਾਰ ਕਰ ਲਵਾਂਗੇ, ਅੱਜ ਵੀ ਮੰਗ ਉਠਾ ਰਹੇ ਹੋ, ਜੇ ਕਿਤੇ ਪਹਿਲਾਂ ਮੰਗ ਉਠਾਈ ਹੁੰਦੀ ਤਾਂ ਕਿੰਨਾ ਵਧੀਆ ਹੁੰਦਾ। ਅੱਜ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਦਾ ਖੁਦ ਅਧਿਕਾਰ ਨਹੀਂ, ਪ੍ਰਾਈਵੇਟ ਬੰਦੇ ਆਉਂਦੇ ਨੇ ਉਹਨਾਂ ਦੀਆਂ ਫਸਲਾਂ ਦਾ ਰੇਟ ਲਾਉਂਦੇ ਨੇ, ਕੀ ਗੱਲ ਬਈ, ਫਸਲਾਂ ਅਸੀਂ ਉਗਾਈਏ, ਪਾਣੀ ਅਸੀਂ ਲਾਈਏ, ਰਾਤਾਂ ਅਸੀਂ ਝੋਕੀਏ, ਮਿਹਨਤ ਅਸੀਂ ਕਰੀਏ, ਹੱਡ ਤੜਾਈਏ, ਹੱਡ ਭਨਾਈਏ, ਅਤੇ ਕੋਈ ਪ੍ਰਾਈਵੇਟ ਬੰਦਾ ਆ ਕੇ ਸਾਡੀ ਫਸਲ ਦਾ ਰੇਟ ਤੈਅ ਕਰੇ, ਕਿੰਨਾ ਵੱਡਾ ਦੁੱਖ ਹੁੰਦਾ। ਵਾਹਗਾ ਬਾਰਡਰ ਖੋਲ੍ਹੋ, ਪਾਕਿਸਤਾਨ ਨਾਲ ਲੈਣ ਦੇਣ ਬਣਾਓ, ਸੰਬੰਧ ਬਣਾਓ, ਅਤੇ ਅਸੀਂ ਖੁਦ ਜਾ ਕੇ ਪਰਲੇ ਪਾਰ ਆਪਣੀ ਫਸਲ ਵੇਚ ਕੇ ਆਈਏ ਅਤੇ ਸਾਨੂੰ ਚੰਗਾ ਮੁੱਲ ਕਿਉਂ ਨਾ ਮਿਲੇ, ਇਸ ਗੱਲ ਨੂੰ ਕਦੇ ਸੋਚ ਕੇ ਵੇਖਿਓ, ਵਿਚਾਰੋ, ਅਸੀਂ ਵੀ ਪੋਰਟ ਐਕਸਪੋਰਟ ਕਰੀਏ, ਸਾਨੂੰ ਕਿਉਂ ਨਾ ਫਾਇਦਾ ਹੋਵੇ, ਕਿਉਂ ਨਾ ਮੁਨਾਫਾ ਹੋਵੇ। ਚਲੋ ਬਾਅਦ ਦੀਆਂ ਇਹ ਤਾਂ ਵਾਧੂ ਦੀਆਂ ਗੱਲਾਂ ਨੇ, ਵੈਸੇ ਗੁਰਮੁਖੋ ਹੋਣਾ ਤਾਂ ਇੱਦਾਂ ਕੁਝ ਨਹੀਂ, ਜੇ ਸਾਡੇ ਲੋਕ ਚਾਹੁਣ ਤਾਂ ਹੋ ਵੀ ਸਕਦਾ ਹੈ।
ਪਰ ਮੈਂ ਬੇਨਤੀ ਕਰੂੰਗਾ ਕਿ ਧਰਮਾਂ ਦੇ ਨਾਂ 'ਤੇ ਕਦੇ ਕਿਸੇ ਤੋਂ ਨਫ਼ਰਤ ਨਾ ਕਰਿਓ। ਜੋ ਉਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਉਹ ਇੱਕ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਹੈ ਗੁਰਮੁਖੋ, ਹਰ ਕਿਸੇ ਨਾਲ ਉੱਦਾਂ ਹੀ ਪੇਸ਼ ਆਇਓ। ਪਾਤਸ਼ਾਹ ਹਰ ਇੱਕ ਨੂੰ ਚੜ੍ਹਦੀ ਕਲਾ ਦੇਵੇ, ਹਰ ਇੱਕ ਧਰਮ ਦੀ ਚੜ੍ਹਦੀ ਕਲਾ ਕਰੇ। ਆਪੋ ਆਪਣੇ ਘਰ ਦੀ ਸੁੱਖ ਮੰਗਿਆ ਕਰੋ, ਦੂਜੇ ਦੀ ਵੀ ਸੁੱਖ ਮੰਗਿਆ ਕਰੋ। ਹਰ ਇੱਕ ਧਰਮ ਦੇ ਇਨਸਾਨੀਅਤ ਵਿੱਚ ਰਹਿ ਕੇ ਪ੍ਰਫੁੱਲਤ ਰਹੀਏ ਅਤੇ ਹਰ ਇੱਕ ਦੀ ਚੜ੍ਹਦੀ ਕਲਾ ਦੀ ਕਾਮਨਾ ਕਰੀਏ, ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਸਭ ਤੋਂ ਵੱਡਾ ਹੁੰਦਾ ਹੈ ਇਨਸਾਨੀਅਤ ਦਾ ਧਰਮ, ਉਸ ਨੂੰ ਜਿਉਂਦਾ ਰੱਖੀਏ। ਪਾਤਸ਼ਾਹ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।